ਉਦੋਂ ਤੋਂ ਅਸੀਂ ਇੱਥੇ ਬੈਠ ਕੇ ਜਿਹੜਾ ਪੂਰਨ ਸ਼ਾਂਤਮਈ ਜਿਹੜਾ ਸਾਡਾ ਸੰਘਰਸ਼ ਚੱਲ ਰਿਹਾ, ਜਿੰਨੀਆਂ ਵੀ ਮੀਟਿੰਗਾਂ ਸਰਕਾਰ ਨੇ ਸੱਦੀਆਂ ਗਈਆਂ ਉਹਨਾਂ 'ਚ ਮੈਂ ਹਾਜ਼ਰ ਵੀ ਹੁੰਦਾ ਰਿਹਾ, ਸਾਰੀਆਂ ਮੀਟਿੰਗਾਂ ਦਾ ਹਿੱਸਾ ਵੀ ਅਸੀਂ ਜਥੇਬੰਦੀਆਂ ਦੇ ਨਾਲ ਬਣ ਰਹੇ ਹਾਂ। ਜਿਹੜੇ ਕਾਲੇ ਕਾਨੂੰਨ ਨੇ, ਪਹਿਲਾਂ ਤਾਂ ਸਰਕਾਰ ਇਹੀ ਕਹੀ ਗਈ ਆ, ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ, ਰੋਜ਼ ਸਾਨੂੰ ਫੋਨ ਵੀ ਇਹਨਾਂ ਦੇ ਵੱਡੇ ਵੱਡੇ ਲੀਡਰਾਂ ਦੇ ਵੀ ਆਉਂਦੇ ਰਹੇ ਨੇ, ਬੜੇ ਪੰਜਾਬ ਦੇ ਹਿੱਤ ਦੇ ਵਿੱਚ ਨੇ ਇਹ ਕਾਨੂੰਨ, ਤੁਸੀਂ ਮੰਨ ਜਾਓ ਇਹਨਾਂ ਨੂੰ ਲਾਗੂ ਹੋ ਲੈਣ ਦਿਓ। ਪਰ ਸਾਡੇ ਵਾਰ ਵਾਰ ਸਾਡੇ ਕਿਸਾਨ ਲੀਡਰਾਂ ਦੇ ਸਮਝਾਉਣ ਦੇ ਨਾਲ, ਕਿਉਂਕਿ ਅਸੀਂ ਕਹਿੰਦੇ ਹਾਂ ਵੀ ਜਿੱਥੇ ਹੁਣ ਇਹ ਜਿਹੜਾ ਕਾਨੂੰਨ ਬਣਾਏ ਆ, ਜੇ ਹੁਣ ਕਹਿੰਦੇ ਪ੍ਰਾਈਵੇਟ ਮੰਡੀ ਕਰ ਦਾਂਗੇ, ਏ ਪੀ ਐਮ ਸੀ ਖਤਮ ਕਰ ਦੇਵਾਂਗੇ, ਉਹ ਕਿਵੇਂ ਚੱਲ ਸਕਦਾ ਜੇ ਦੋ ਮੰਡੀਆਂ ਨੇ? ਤਾਂ ਇੱਕ ਮੰਡੀ ਦੇ ਵਿੱਚ ਤਾਂ ਟੈਕਸ ਹੈਗਾ 8.5% ਟੈਕਸ ਆ, 3% ਆਰ ਡੀ ਐਫ, 3% ਜਿਹੜੀ ਆ ਮਾਰਕੀਟ ਫੀਸ, ਅਤੇ 2.5% ਜਿਹੜੀ ਆੜਤ ਆ, ਅਤੇ ਇੱਕ ਮੰਡੀ ਪੈਰਲਲ ਉਹਦੇ ਬਰਾਬਰ ਤੁਸੀਂ ਖੜੀ ਕਰ ਦਵੋ ਜਿੱਥੇ ਕੋਈ ਟੈਕਸ ਹੀ ਨਹੀਂ ਹੋਊਗਾ, ਤਾਂ ਉਹ ਕਿਸਾਨਾਂ ਨੂੰ 10-20 ਰੁਪਈਏ 50 ਰੁਪਈਏ ਵੀ ਵੱਧ ਦੇ ਕੇ ਸਾਲ 6 ਮਹੀਨੇ ਸਾਰੀ ਫਸਲ ਆਪ ਲੈ ਜਾਣਗੇ। ਸਾਡਾ ਜਿਹੜਾ ਟੈਕਸ ਆ ਸਾਰਾ ਟੈਕਸ ਖਤਮ ਹੋਜੂ, ਜਿੰਨੇ ਸਾਡੇ ਆੜ੍ਹਤੀ ਆ 25,000 ਪੰਜਾਬ 'ਚ ਆੜ੍ਹਤੀ ਆ ਲੱਖ, ਉਹਨਾਂ ਦੇ ਨਾਲ ਮੁਲਾਜ਼ਮ ਜੁੜਿਆ ਹੋਇਆ, ਪੱਲੇਦਾਰ ਜੁੜੇ ਹੋਏ ਨੇ, ਟਰਾਂਸਪੋਰਟਰ ਜੁੜੇ ਹੋਏ ਨੇ, ਸਾਰੇ ਉਹ ਵਿਹਲੇ ਹੋ ਜਾਣਗੇ। ਜਿਵੇਂ ਜੀਓ ਦੇ ਸਿਮ ਨੇ ਵੀ ਐਵੇਂ ਕੀਤਾ ਸੀ, ਸਾਲ ਕੁ ਸਾਨੂੰ ਫ੍ਰੀ ਦਿੱਤਾ ਸੀ, ਉਸ ਤੋਂ ਬਾਅਦ ਜਿਹੜਾ ਸਾਡੀਆਂ ਸਾਰੀਆਂ ਕੰਪਨੀਆਂ ਜਿਵੇਂ BSNL ਮਾਰ ਦਿੱਤੀ, ਇਹ ਸੇਮ ਗੱਲ ਸੀਗੀ ਵੀ ਸਾਡੀਆਂ ਮੰਡੀਆਂ ਇਹ ਖਤਮ ਕਰਨੀਆਂ ਚਾਹੁੰਦੇ ਸੀ ਇਹ ਕਾਨੂੰਨ ਦੇ ਵਿੱਚ। ਦੂਸਰਾ ਸੀ ਭੰਡਾਰਨ ਦੀ ਸਮਰੱਥਾ, ਵੀ ਜੋ ਤੁਸੀਂ ਮਰਜ਼ੀ ਜਿੰਨਾ ਮਰਜ਼ੀ ਭੰਡਾਰ ਕਰ ਲਓ, ਜਿੰਨਾ ਮਰਜ਼ੀ ਜਮ੍ਹਾਂ ਕਰ ਲਓ, ਕਿਸਾਨ ਕੋਲ ਕਿੱਥੇ ਜਮ੍ਹਾਂ ਕਰਨ ਦੀ ਗੱਲ ਹੁੰਦੀ ਹੈ? ਕਿਸਾਨ ਤਾਂ ਆੜ੍ਹਤੀਆਂ ਦੇ ਜਾਂ ਸ਼ਾਹੂਕਾਰਾਂ ਦੇ ਰਹਿਮੋ ਕਰਮ 'ਤੇ ਆ, ਉਹਨੇ ਤਾਂ ਜਿੰਨੀ ਕੁ ਉਹਦੀ ਫਸਲ ਹੁੰਦੀ ਆ ਉਹਨੇ ਪਹਿਲਾਂ ਹੀ ਉਹ ਪੈਸੇ ਜਿਹੜੇ ਆ ਲੈ ਹੁੰਦੇ ਆ। ਇਹ ਭੰਡਾਰ ਦੀ ਸਮਰੱਥਾ ਵੀ ਜਿਹੜੀ ਆ, ਇਹ ਅੰਡਾਨੀਆਂ ਅੰਬਾਨੀਆਂ ਨੇ ਪਹਿਲਾਂ ਹੀ ਇੰਨੇ ਗਡਾਊਨ ਇੰਨੇ ਸੈਲੋਜ਼ ਇੱਥੇ ਬਣਾ ਲਏ ਸੀ ਵੀ ਅਸੀਂ ਇੱਥੇ ਭੰਡਾਰਨ ਕਰ ਲਵਾਂਗੇ। ਕਈ ਮੇਰੇ ਵੀਰਾਂ ਨੂੰ ਇਹਦੇ ਵੱਲ ਵੀ ਸਪਸ਼ਟ ਹੋਣਾ ਪਊ ਵੀ ਆਪਾਂ ਨੂੰ ਕੀ ਫਰਕ ਪੈਂਦਾ ਆਪਣੀ ਫਸਲ ਲੈ ਕੇ ਜੇ ਇਹ ਅੰਡਾਨੀ ਜਾਂ ਅੰਬਾਨੀ ਭੰਡਾਰਨ ਕਰ ਲੈਣਗੇ ਤਾਂ ਕੀ ਫਰਕ ਪੈਂਦਾ? ਇਹ 'ਚ ਬੜਾ ਵੱਡਾ ਫਰਕ ਆ। ਇਹਨਾਂ ਨੇ ਇਕੱਲੀ ਆਪਣੀ ਫਸਲ ਨਹੀਂ ਖਰੀਦਣੀ, ਜਿੱਥੇ ਜੇ ਇਹਨਾਂ ਨੂੰ ਕਣਕ ਅਮਰੀਕਾ ਤੋਂ ਸਸਤੀ ਲੱਗਦੀ ਆ, ਸਾਰੇ ਵਰਲਡ ਦੇ ਵਿੱਚ ਚੀਨੀ ਵੀ ਸਸਤੀ ਆ, ਕਣਕ ਵੀ ਸਸਤੀ ਆ, ਅਤੇ ਚੌਲ ਵੀ ਸਸਤਾ ਇੰਡੀਆ ਦੇ ਨਾਲੋਂ ਭਾਰਤ ਨਾਲੋਂ, ਉੱਥੋਂ ਲਿਆ ਕੇ ਇਹ ਭੰਡਾਰ ਕਰ ਲੈਣਗੇ ਜਾਂ ਸਾਡੀ ਫਸਲ ਆਊਗੀ। ਇਹ ਕਹਿਣਗੇ ਸਾਨੂੰ ਤਾਂ ਲੋੜ ਹੀ ਨਹੀਂ ਖਰੀਦਣ ਦੀ, ਸਾਡੇ ਤੋਂ ਉਹੀ 800-900 ਰੁਪਈਏ ਜਿਹੜੀ ਸਾਡੀ ਫਸਲ ਆ ਖਰੀਦ ਲਿਆ ਕਰਨਗੇ। ਅਤੇ ਜਦ ਵੇਚਣ ਵੇਲੇ ਭੰਡਾਰ ਹੋ ਗਿਆ, ਜਦ ਕੋਈ ਸਮਰੱਥਾ ਹੀ ਨਹੀਂ ਹੈਗੀ, ਆਪਾਂ ਗੌਰਮੈਂਟ ਦਾ ਕੰਟਰੋਲ ਹੀ ਨਹੀਂ ਹੈਗਾ, ਫਿਰ ਇਹ ਖਾਣ ਵਾਲੇ ਨੂੰ ਵੀ ਅਤੇ ਸਾਰਿਆਂ ਲੋਕਾਂ ਨੂੰ ਮਹਿੰਗੀ ਕਰਨਗੇ ਵੀ ਨਹੀਂ ਹੈ ਨਹੀਂ ਆਪਦਾ, ਹੌਲੀ ਹੌਲੀ ਇਹ ਵੇਚਣਗੇ। ਉਹੀ ਸਾਨੂੰ ਜਿਹੜੀ ਆ ਚੀਜ਼ ਸਾਡੀ 18 ਰੁਪਏ ਵਿਕਦੀ ਆ, 15 ਰੁਪਏ ਵਿਕਦੀ ਆ, 70-80 ਰੁਪਏ ਪੈਕਿੰਗ ਕਰਕੇ ਇਹ ਸਾਨੂੰ ਇਹ ਸਮਾਨ ਵੇਚਣਗੇ। ਇਹ ਜਿਹੜੇ ਕਾਨੂੰਨ ਜਿਹੜੇ ਬਣਾਏ ਨੇ, ਇਹਨਾਂ ਨੇ ਸਿਰਫ ਇਹ ਕਾਰਪੋਰੇਟ ਘਰਾਣਿਆਂ ਦੇ ਲਈ ਉਹ ਬਣਾਇਆ ਵੀ ਇਹ ਸਮਾਨ ਲੈ ਲੈਣ, ਅਤੇ ਉਸ ਤੋਂ ਬਾਅਦ ਮਹਿੰਗੇ ਭਾਅ 'ਤੇ ਜਿਹੜਾ ਸਮਾਨ ਆ ਉਹ ਵੇਚੀ ਜਾਣ। ਅਤੇ ਇਸ ਤਰ੍ਹਾਂ ਦੇ ਕਾਨੂੰਨਾਂ ਦੀ ਅਸੀਂ ਜਿਹੜੀ ਇਹ ਵਿਰੋਧ ਤਾਂ ਕਰਦੇ ਹਾਂ, ਅਤੇ ਹੁਣ ਜਿਹੜੀਆਂ ਨੇ ਇਹ ਸਾਨੂੰ ਜਿਹੜੀਆਂ ਪਾਰਟੀਆਂ ਜਾਂ ਗੌਰਮੈਂਟ ਆ ਸੈਂਟਰ ਦੀ, ਹੁਣ ਕੁਛ ਕਹਿਣ ਲੱਗ ਗਈ ਆ ਵੀ ਹਾਂ ਜੇ ਤੁਸੀਂ ਬਦਲਾਅ ਕਰਾਉਣਾ ਕਾਨੂੰਨਾਂ ਦੇ ਵਿੱਚ ਤਾਂ ਕਰਾ ਲਓ। ਫਿਰ ਕਹਿੰਦੇ ਕੰਟਰੈਕਟ ਫਾਰਮਿੰਗ ਅਸੀਂ ਬੜੇ ਕਰਕੇ ਵੀ ਦੇਖੀ, ਅਸੀਂ ਪੈਪਸੀ ਨਾਲ ਵੀ ਕੰਟਰੈਕਟ ਫਾਰਮਿੰਗ ਕੀਤੀ ਆ। ਜਦ ਤਾਂ ਫਸਲ ਵਾਧੂਗਾ ਤਾਂ ਮਾਰਕੀਟ ਦੇ ਵਿੱਚ ਰੇਟ ਹੈਗਾ ਤਾਂ ਸਾਤੋਂ ਖਰੀਦ ਲੈਂਦੇ ਆ, ਜੇ ਉਹ ਫਸਲ ਫਿਰ ਜੇ ਵੱਧ ਗਈ ਤਾਂ ਉਹਨਾਂ ਨੇ ਕਹਿਣਾ ਨਾ ਜੀ ਇਹ ਸਬ ਸਟੈਂਡਰਡ ਆ, ਇਹਦਾ ਸਟੈਂਡਰਡ ਨਹੀਂ, ਇਹਦਾ ਦਾਣਾ ਮਾੜਾ, ਇਹਦਾ ਦਾਣਾ ਕਾਲਾ, ਉਹ ਕਹਿ ਕੇ ਸਾਡੀ ਫਸਲ ਫਿਰ ਇਹਨਾਂ ਨੇ ਇਸ ਤਰ੍ਹਾਂ ਹੀ ਲੁੱਟ ਲਿਆ ਕਰਨੀਆਂ। ਅਸੀਂ ਜਿਵੇਂ ਗੰਨਾ ਮਿੱਲਾਂ ਨੇ, ਅਸੀਂ ਉਹਨਾਂ ਨਾਲ ਕੰਟਰੈਕਟ ਫਾਰਮਿੰਗ ਕਰਦੇ ਹਾਂ, ਉਹ ਅਸੀਂ ਕਹਿੰਦੇ ਹਾਂ ਵੀ 1,000 ਕੁਇੰਟਲ ਗੰਨਾ ਵੇਚਾਂਗੇ, ਉਹ ਸਾਡੇ ਨਾਲ ਇੱਕ ਐਗਰੀਮੈਂਟ ਕਰਦੇ ਆ, 85% ਸਾਨੂੰ ਸਪਲਾਈ ਕਰਨਾ ਪੈਂਦਾ, ਜੇ ਅਸੀਂ 85% ਸਪਲਾਈ ਨਹੀਂ ਕਰਦੇ ਤਾਂ ਸਾਡੇ 'ਤੇ ਪੈਨਲਟੀ ਲੱਗਦੀ ਆ। ਪਰ ਗੌਰਮੈਂਟ ਸਾਨੂੰ ਸਾਲ ਹੋ ਗਿਆ ਗੰਨਾ ਵੇਚੇ ਨੂੰ, ਸਾਨੂੰ ਪੈਸੇ ਨਹੀਂ ਮਿਲ ਰਹੇ ਗੰਨੇ ਦੇ, ਪਰ ਉਹਨਾਂ ਦੀ ਇੱਕ ਸ਼ਰਤ ਹੁੰਦੀ ਆ ਕੰਟਰੈਕਟ ਦੇ ਵਿੱਚ ਵੀ 14 ਦਿਨਾਂ ਦੇ ਵਿੱਚ ਪੇਮੈਂਟ ਮਿਲਣੀ ਚਾਹੀਦੀ ਆ, ਪਰ ਅਸੀਂ ਕੇਸ ਕਰਕੇ ਵੀ ਹੰਭ ਗਏ, ਕੋਈ ਸਾਨੂੰ ਪੈਸੇ ਨਹੀਂ ਮਿਲਦੇ। ਫਿਰ ਇਹ ਕਹਿੰਦੇ ਆ ਇਹਨਾਂ ਦੇ ਕਾਨੂੰਨ 'ਚ ਸੀ ਵੀ ਤੁਸੀਂ SDM ਜਾਂ DC ਤੱਕ ਜਾ ਸਕਦੇ ਹੋ, ਤੁਸੀਂ ਅੱਗੇ ਅਦਾਲਤ 'ਚ ਕੇਸ ਨਹੀਂ ਕਰ ਸਕਦੇ। SDM DC ਤਾਂ ਇਹਨਾਂ ਦੇ ਬੰਦੇ ਆ, ਅੱਜ ਦੀ ਉਹ ਗੱਲ ਆ, ਅੱਜ ਪੰਜਾਬ 'ਚ ਇੱਕ ਦੋ SDM DC ਨੇ ਕਹਿਤਾ ਵੀ ਤੁਸੀਂ ਜਿਹੜੇ ਕਿਸਾਨ ਜਥੇਬੰਦੀਆਂ ਨੇ ਇਹਨਾਂ ਨੂੰ ਤੁਸੀਂ ਟੈਂਟ ਨਹੀਂ ਦੇ ਸਕਦੇ। SDM ਨੇ ਫਰਮਾਨ ਜਾਰੀ ਕੀਤਾ ਟੈਂਟਾਂ ਵਾਲਿਆਂ ਨੂੰ, ਇਹ ਤਾਂ ਇਹਨਾਂ ਸਰਕਾਰਾਂ ਦੇ ਬੰਦੇ ਆ, ਇਹਨਾਂ ਦੀ ਬੋਲੀ ਇਹਨਾਂ ਨੇ ਬੋਲਣੀ ਆ, ਇਹ ਸਾਨੂੰ ਕਿਵੇਂ ਨਿਆਂ ਦੇ ਸਕਦੇ ਆ? ਸਾਨੂੰ ਇਹਨਾਂ 'ਤੇ ਵੀ ਜਿਹੜਾ ਕੋਈ ਭਰੋਸਾ ਨਹੀਂ ਹੈਗਾ SDM ਜਿਹੜਾ DC ਦੇ ਉੱਪਰ। ਫਿਰ ਇਹ ਕਹਿੰਦੇ ਵੀ ਪੈਨ ਕਾਰਡ, ਕੋਈ ਵੀ ਬੰਦਾ ਪੈਨ ਕਾਰਡ ਹੋਲਡਰ ਜਾਂ ਆਧਾਰ ਕਾਰਡ ਹੋਲਡਰ ਜਿੰਨੀ ਮਰਜ਼ੀ ਤੁਹਾਡੀ ਫਸਲ ਖਰੀਦ ਸਕਦਾ, ਉਹ ਕਿਵੇਂ ਹੋ ਸਕਦਾ? ਕਿਉਂਕਿ ਕਾਰਪੋਰੇਟ ਘਰਾਣਾ ਕੋਈ ਬੰਬੇ ਬੈਠਾ ਹੋਊ, ਕੋਈ ਲੰਡਨ ਬੈਠਾ ਹੋਊ, ਉਹ ਆਊਗਾ, ਮੁੰਡੇ ਰੱਖੇ ਹੋਣਗੇ ਉਹਨਾਂ ਨੇ ਸਾਡੇ ਪਿੰਡਾਂ ਦੇ ਵਿੱਚੋਂ ਹੀ, ਉਹ ਸਾਡੀ ਸਾਰੀ ਫਸਲ ਖਰੀਦ ਲੈਣਗੇ, ਸਾਨੂੰ ਇੱਕ ਸਲਿੱਪ ਦੇ ਜਾਣਗੇ, ਅਤੇ ਅਸੀਂ ਉਹ ਕਿੱਥੋਂ ਬੰਦਿਆਂ ਨੂੰ ਲੱਭਾਂਗੇ, ਕਿੱਥੋਂ ਫੜਾਂਗੇ ਜਾ ਕੇ? ਜਦ ਸਰਕਾਰ ਦਿਆਂ ਬੈਂਕਾਂ ਦਾ ਪੈਸਾ ਲੈ ਕੇ ਲੋਕ ਬਾਹਰਲੇ ਦੇਸ਼ਾਂ ਨੂੰ ਭੱਜ ਗਏ, ਅਤੇ ਉਹਨਾਂ ਦਾ ਪੈਸਾ ਤਾਂ ਇਹ ਵਾਪਸ ਸਰਕਾਰਾਂ
ਤਾਂ ਕਰਾ ਨਹੀਂ ਸਕੀਆਂ। ਇੱਕ ਕਿਸਾਨ ਕਿਵੇਂ ਕੇਸ ਲੜ ਲੂ ਅਤੇ ਕਿਵੇਂ ਉਹ ਆਪਦਾ ਪੈਸਾ ਜਿਹੜਾ ਬਾਹਰੋਂ ਮੰਗਵਾ ਲੂ। ਇਸ ਲਈ ਇਹ ਸਾਡੇ ਜਿਹੜੇ ਕਾਨੂੰਨ ਨੇ ਇਹ ਮਾੜੇ ਆ। ਉਦੋਂ ਬਾਅਦ ਗੱਲ ਆ ਜਾਂਦੀ ਆ ਵੀ ਜਿਵੇਂ ਹੁਣ ਇਹਨਾਂ ਨੇ ਬਿਹਾਰ ਦੇ ਵਿੱਚ 2006 ਦੇ ਵਿੱਚ ਇਹ APMC ਮੰਡੀਆਂ ਖਤਮ ਕਰਤੀਆਂ ਸੀ। ਤੁਸੀਂ ਉੱਥੇ ਦਾ ਹਾਲਾਤ ਦੇਖ ਲਓ, ਬਿਹਾਰ ਦੇ ਹਾਲਾਤ ਦੇਖ ਲਓ। ਪਰ ਕੈਪਟਿਵਾ ਇਨਕਮ ਉੱਥੇ 7,500 ਰੁਪਈਆ, ਇੱਥੇ 21,000। ਉੱਥੇ ਵਾਲਾ ਜਿਹੜਾ 5-7 ਕਿੱਲੇ ਵਾਲਾ ਕਿਸਾਨ ਆ ਉਹ ਪੰਜਾਬ ਦੇ ਵਿੱਚ ਮਜ਼ਦੂਰੀ ਕਰਨ ਆਉਂਦਾ, ਜਿਹੜਾ ਸਾਡਾ 5-4 ਕਿੱਲੇ ਵਾਲਾ ਕਿਸਾਨ ਆ ਉਹ ਥੋੜ੍ਹੀ ਜਿਹੀ ਚੰਗੀ ਰੋਟੀ ਵੀ ਖਾਂਦਾ। ਅਤੇ ਕਿੱਥੇ ਅਸੀਂ ਮੋਰਚਾ ਲਗਾਇਆ ਸੀ ਜਦ ਇਹ ਸਰਕਾਰ ਬਣੀ ਆ, ਉਸ ਤੋਂ ਪਹਿਲਾਂ ਦੀ ਮੈਂ ਗੱਲ ਵੀ ਚੱਲ ਜਾਵਾਂ ਡਾਕਟਰ ਮਨਮੋਹਨ ਸਿੰਘ ਵੇਲੇ ਦੀ ਵੀ, ਅਸੀਂ ਉਦੋਂ ਵੀ 1,000 ਟਰਾਲੀ ਲੈ ਕੇ, ਅੱਜ ਤੋਂ 15-16 ਸਾਲ ਪਹਿਲਾਂ ਜਦ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਬਣੀ ਆ, ਅਸੀਂ ਤੁਰੇ ਸੀ ਚੰਡੀਗੜ੍ਹ, ਅਸੀਂ ਰੋਕੇ ਸੀਗੇ ਕਿਉਂਕਿ ਡਾਕਟਰ ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਨੇ ਸਾਨੂੰ ਗੱਲਬਾਤ ਲਈ ਸੱਦ ਲਿਆ ਸੀ। ਉਦੋਂ ਗੱਲਬਾਤ ਕਰਕੇ ਉਹਨਾਂ ਨੇ ਇੱਕ ਕਮੇਟੀ ਬਣਾਤੀ ਸੀ ਸਵਾਮੀਨਾਥਨ ਦੀ, ਉਹਨਾਂ ਨੇ 6 ਸਾਲ ਤੱਕ ਕਮੇਟੀ ਉਹਨਾਂ ਨੇ ਦੱਬੀ ਰੱਖੀ। ਉਦੋਂ ਬਾਅਦ ਫਿਰ ਅਸੀਂ ਐਜੀਟੇਸ਼ਨ ਕੀਤੀ ਜੰਤਰ ਮੰਤਰ 'ਤੇ, ਤਾਂ ਸਾਨੂੰ ਰਾਜਨਾਥ ਸਿੰਘ ਜੀ ਸਾਡੀ ਸਟੇਜ 'ਤੇ ਆ ਕੇ ਬੋਲੇ ਵੀ ਸਾਡੀ ਸਰਕਾਰ ਬਣਾ ਦਿਉ, ਅਸੀਂ ਆਉਂਦੇ ਸਾਰ ਤੁਹਾਨੂੰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰ ਦੇਵਾਂਗੇ। ਅਸੀਂ ਵੋਟਾਂ ਪਾਤੀਆਂ, ਇਹਨਾਂ ਦੀ ਸਰਕਾਰ ਅਸੀਂ ਬਣਾਤੀ। ਉਦੋਂ ਬਾਅਦ ਇਹਨਾਂ ਨੇ ਐਫੀਡੈਵਿਟ ਦਿੱਤਾ ਗਾ, ਉਹਦੇ ਵਿੱਚ ਸੁਪਰੀਮ ਕੋਰਟ 'ਚ ਵੀ ਇਹ ਤਾਂ ਉਥਲ ਪੁਥਲ ਹੋ ਜੂ ਜੀ, ਅਸੀਂ ਸੁਪਰੀਮ ਇਹ ਲਾਗੂ ਕਰ ਦਿੱਤੀ। ਸਵਾਮੀਨਾਥਨ ਕਮਿਸ਼ਨ ਦੇ ਮੁਤਾਬਕ C2+50 ਜਿਹਦੇ ਨਾਲ ਸਾਡਾ ਕਣਕ ਦਾ ਰੇਟ 3700-3800 ਰੁਪਏ ਕੁਇੰਟਲ ਬਣਦਾ, ਸਾਨੂੰ ਅੱਜ ਮਿਲ ਰਿਹਾ 1,250 ਰੁਪਏ ਕੁਇੰਟਲ। ਜੇ ਕਾਨੂੰਨ ਲਾਗੂ ਹੋ ਜਾਂਦੇ ਆ ਤਾਂ ਇਹ ਮਿਲੂਗਾ 900 ਰੁਪਏ ਕੁਇੰਟਲ। ਅਸੀਂ ਕਹਿੰਦੇ ਵੀ ਜਿਹੜਾ ਮਾਡਲ ਤੁਸੀਂ ਇੱਥੇ ਲਾਗੂ ਕਰਨਾ ਚਾਹੁੰਦੇ ਹੋ ਪੰਜਾਬ, ਹਰਿਆਣਾ ਅਤੇ ਅੱਧੀ ਯੂਪੀ 'ਚ, ਸਾਰੇ ਜਿਹੜੇ ਸਾਰੇ ਸੰਸਾਰ ਦੀਆਂ ਮੰਡੀਆਂ ਦੇ ਵਿੱਚੋਂ ਮੰਡੀ ਆ ਸਾਡੇ ਕੋਲ ਪੰਜਾਬ ਅਤੇ ਹਰਿਆਣੇ ਦੇ ਵਿੱਚ ਵਧੀਆ, ਕਿਤੇ ਵੀ ਬਾਹਰਲੇ ਦੇਸ਼ਾਂ 'ਚ ਵੀ ਇਹੋ ਜਿਹੀਆਂ ਮੰਡੀਆਂ ਨਹੀਂ ਹੈਗੀਆਂ। ਤੁਸੀਂ ਬਿਹਾਰ 'ਚ ਕਰ ਲਓ, ਗੁਜਰਾਤ 'ਚ ਕਰ ਲਓ, ਜਿਹੜੇ ਸੂਬਿਆਂ ਦੇ ਵਿੱਚ ਤੁਸੀਂ ਇਹਨੂੰ ਪਰਖਣਾ ਚਾਹੁੰਦੇ ਹੀ ਹੋ, ਅਤੇ ਪਰ ਪੰਜਾਬ ਨੂੰ ਤੁਸੀਂ ਕਿਉਂ ਸਿੱਟਦੇ ਹੋ? ਕਿਉਂਕਿ ਅਸੀਂ ਇੰਨੇ ਪੈਸੇ ਇਨਫਰਾਸਟ੍ਰਕਚਰ 'ਤੇ ਮੰਡੀਆਂ 'ਤੇ ਲਾਏ ਨੇ ਆਪਦਾ, ਕੱਢ ਕੱਢ ਕੇ ਇਨਫਰਾਸਟ੍ਰਕਚਰ ਬਣਾਇਆ, ਬਾਕੀ ਸੂਬਿਆਂ ਨੇ ਤਾਂ ਇਨਫਰਾਸਟ੍ਰਕਚਰ ਹੀ ਨਹੀਂ ਬਣਾਇਆ, ਤੁਸੀਂ ਉਹਦੇ ਨਾਲ ਸਾਡੀ ਤੁਲਨਾ ਨਾ ਕਰੋ। ਫਿਰ ਸਾਨੂੰ ਕਿਹਾ ਜਾਂਦਾ ਜਿਵੇਂ ਬੜੀ ਵੱਡੀ ਗੱਲ ਸੀ, ਕਿਉਂਕਿ ਪੰਜਾਬ ਮੋਹਰੀ ਸੂਬਾ, ਪੰਜਾਬ ਨੇ ਹਮੇਸ਼ਾ ਹਰੇਕ ਜਿਹੜੀ ਸੰਘਰਸ਼ ਦੀ ਅਗਵਾਈ ਕੀਤੀ ਆ, ਭਾਵੇਂ 1906 ਦਾ ਸੰਘਰਸ਼ ਸੀ ਜਿਹੜੇ ਸਾਡੇ ਬਜ਼ੁਰਗਾਂ ਨੇ ਲੜਿਆ, ਭਗਤ ਸਿੰਘ ਜੀ ਦੇ ਚਾਚਾ ਜੀ ਅਜੀਤ ਸਿੰਘ ਨੇ ਲੜਿਆ, 9 ਮਹੀਨੇ ਸਾਨੂੰ ਉਹ ਸੰਘਰਸ਼ ਲੜਨਾ ਪਿਆ ਸੀ, ਉਹਦੇ ਲਈ ਵੀ ਸਾਡੀਆਂ ਇਹ ਜ਼ਮੀਨਾਂ ਕਾਰਪੋਰੇਟ ਘਰਾਣੇ ਖੋਣ ਲੱਗੇ ਸੀ, ਜੈ ਸਰਕਾਰਾਂ ਅੰਗਰੇਜ਼ ਗੌਰਮੈਂਟ ਖੋਣ ਲੱਗੀ ਸੀ, ਉਹ ਵੀ ਅਸੀਂ 9 ਮਹੀਨੇ ਲੜਿਆ ਸੀ, ਅਤੇ ਇਹ ਸੰਘਰਸ਼ ਵੀ ਅਸੀਂ ਜਿਹੜਾ ਪੰਜਾਬ ਮੋਹਰੀ ਹੋ ਕੇ ਲੜ ਰਿਹਾ, ਸਾਡਾ ਛੋਟਾ ਵੀਰ ਹਰਿਆਣਾ ਵੀ ਸਾਡੇ ਨਾਲ ਆ ਗਿਆ, ਜੇ ਯੂਪੀ ਨੇ ਵੀ ਬਾਰਡਰ ਬੰਦ ਕੀਤੇ ਹੋਏ ਨੇ, ਇਸ ਤਰ੍ਹਾਂ ਅਸੀਂ ਸਾਰੇ ਇਹ ਬਾਰਡਰ ਜਿਹੜੇ ਨੇ ਜਾਮ ਕਰਤੇ, ਰਾਜਸਥਾਨ ਦਾ ਬਾਰਡਰ ਵੀ ਜਾਮ ਕਰਤਾ, ਅਤੇ ਸਾਡੇ ਨਾਲ ਜਿਹੜੇ ਕਿਸਾਨ ਨੇ ਬੱਚਿਆਂ ਤੋਂ ਲੈ ਕੇ ਬੀਬੀਆਂ ਹਰ ਵਰਗ ਦਾ ਜਿਹੜਾ ਲੋਕ ਹਰ ਤਰ੍ਹਾਂ ਦੀ ਸਹਾਇਤਾ, NRI ਵੀਰਾਂ ਦੀ ਸਹਾਇਤਾ ਸਾਨੂੰ ਮਿਲ ਰਹੀ ਆ, ਅਤੇ ਅਸੀਂ ਇਹ ਸੰਘਰਸ਼ ਨੂੰ ਲੰਮਾ ਚੌੜਾ ਕਰਕੇ ਹੋਰ ਵਧਾ ਰਹੇ ਹਾਂ। ਅਤੇ ਸਰਕਾਰ 'ਤੇ ਸਾਨੂੰ ਫਿਰ ਅੱਜ ਵੀ ਚਿੱਠੀ ਆਈ ਆ ਬਈ ਤੁਸੀਂ ਗੱਲਬਾਤ ਕਰ ਸਕਦੇ ਹੋ, ਕੋਈ ਟਾਈਮ ਦਿਓ। ਇਹ ਸਰਕਾਰ ਦੀ ਨੀਅਤ ਖਰਾਬ ਆ, ਕਿਉਂਕਿ ਜਿਵੇਂ ਹੁਣ ਪ੍ਰਧਾਨ ਮੰਤਰੀ ਲਾ ਲਓ, ਇੱਕ ਪਾਸੇ ਤਾਂ ਸਾਡੇ ਨਾਲ ਇਹ ਗੱਲਾਂ ਕਰਨ ਲਈ ਤੋਮਰ ਜੀ ਚਿੱਠੀ ਲਿਖਦੇ ਆ, ਇਹਨਾਂ ਦੇ ਮੰਤਰੀ ਸਾਨੂੰ ਚਿੱਠੀ ਲਿਖਦੇ ਆ ਵੀ ਆ ਜਾਓ ਤੁਹਾਡੀਆਂ ਅਸੀਂ ਮੰਗਾਂ 'ਤੇ ਵਿਚਾਰ ਕਰਕੇ ਹੱਲ ਕਰਨ ਨੂੰ ਤਿਆਰ ਹਾਂ, ਕਾਨੂੰਨ ਵਾਪਸ ਨਾ ਕਰਵਾਓ ਅਤੇ ਇਹਨਾਂ 'ਚ ਸੋਧ ਕਰਵਾ ਲਓ। ਅਤੇ ਪਰਸੋਂ ਪ੍ਰਧਾਨ ਮੰਤਰੀ ਇਹ ਕਹੀ ਜਾਂਦਾ ਇਹੋ ਜਿਹੇ ਤਾਂ ਕਾਨੂੰਨ ਹੀ ਨਹੀਂ ਹੈਗੇ, ਇਹ ਤਾਂ ਲੋਕ ਬੜੇ ਖੁਸ਼ ਨੇ, ਇਹ ਤਾਂ ਕਿਸਾਨ ਬੜੇ ਖੁਸ਼ ਨੇ। ਅਤੇ ਅੱਜ ਇਹ ਆਪਣੀਆਂ ਟੀਮਾਂ, ਅੱਜ ਹੰਸਰਾਜ ਜੀ ਦਾ ਪੜ੍ਹੋ, ਉਹਨਾਂ ਨੂੰ ਭੇਜਿਆ ਹੋਇਆ ਪਿੰਡਾਂ 'ਚ, ਇਹਨਾਂ ਨੇ ਲੋਕਾਂ ਨੂੰ ਸਮਝਾਉਣ ਅਤੇ ਸਾਨੂੰ ਸਮਝਾਉਂਦੇ ਤੁਰੇ ਫਿਰਦੇ ਆ। ਅਤੇ ਇੱਕ ਪ੍ਰਧਾਨ ਮੰਤਰੀ ਜੀ ਨੂੰ ਮੈਂ ਇਹ ਵੀ ਗੱਲ ਕਹੂੰਗਾ, ਉਹ ਹੋਰ ਸਟੇਟਾਂ ਦੇ ਵਿੱਚ ਪਿੱਛੇ ਪਰਸੋਂ ਗੁਜਰਾਤ ਦੇ ਵਿੱਚ, ਕੱਛ ਦੇ ਵਿੱਚ ਕਿਸਾਨਾਂ ਨੂੰ, ਸਿੱਖ ਕਿਸਾਨਾਂ ਨੂੰ ਖਾਸ ਕਰਕੇ ਬਿਠਾ ਕੇ ਉਹਨਾਂ ਨਾਲ ਮੀਟਿੰਗਾਂ ਕਰ ਰਹੇ ਨੇ, MP ਦੇ ਵਿੱਚ ਮੀਟਿੰਗਾਂ ਕਰ ਰਹੇ ਨੇ, ਕੀ ਆ ਕਿਸਾਨ ਨਹੀਂ ਦਿਸਦੇ? ਇਹਨਾਂ ਦੇ ਘਰ ਤੋਂ 35 ਕਿਲੋਮੀਟਰ ਦੂਰ ਬੈਠੇ ਹਾਂ ਅਸੀਂ, ਲੱਖਾਂ ਕਿਸਾਨ ਬੈਠਾ, ਇਹਨਾਂ ਨਾਲ ਮੀਟਿੰਗਾਂ ਨਹੀਂ ਕਰ ਸਕਦੇ? ਐਡੇ ਦੂਰੇ ਕਿਸਾਨ ਲੱਭਦੇ ਤੁਰੇ ਫਿਰਦੇ ਨੇ। ਚੰਗੀ ਗੱਲ ਆ, ਗੁਰਦੁਆਰਾ ਸਾਹਿਬ ਕੱਲ੍ਹ ਇਹਨਾਂ ਨੇ ਮੱਥਾ ਟੇਕਿਆ ਰਕਾਬਗੰਜ ਸਾਹਿਬ, ਅਸੀਂ ਤਾਂ ਸਮਝਦੇ ਸੀ ਵੀ ਕੁਛ ਇਹਨਾਂ ਦੇ ਅਕਲ ਪੈ ਜੂ, ਮਹਾਰਾਜ ਵੱਲੋਂ ਕੁਛ ਹੋ ਜੂ, ਇਹਨਾਂ ਨੂੰ ਮੱਥਾ ਟੇਕ ਕੇ ਸਿੱਧਾ ਇੱਥੇ ਆਉਣਾ ਚਾਹੀਦਾ ਸੀ, ਇੱਥੇ ਆ ਕੇ ਐਲਾਨ ਕਰਦੇ ਵੀ ਤੁਹਾਡੀਆਂ ਮੰਗਾਂ ਮਨਜ਼ੂਰ ਨੇ ਸਾਨੂੰ ਅਤੇ ਅਸੀਂ ਤਿਆਰ ਹਾਂ ਤੁਹਾਡੀਆਂ ਮੰਗਾਂ ਮੰਨਣ ਨੂੰ, ਪਰ ਉਹ ਮੱਥਾ ਟੇਕ ਕੇ ਮੁੜ ਗਏ ਨੇ, ਇੱਥੇ ਸਾਨੂੰ ਸੁਨੇਹੇ ਦੇਈ ਜਾ ਰਹੇ ਆ। ਇੱਕ ਵਾਰੀ ਵੀ ਪ੍ਰਧਾਨ ਮੰਤਰੀ ਨੇ ਇਹ ਨਹੀਂ ਕਿਹਾ ਵੀ ਹਾਂ ਅਸੀਂ ਜਿਹੜੇ ਕਾਨੂੰਨ ਆ ਉਹਨਾਂ 'ਚ ਸੋਧ ਕਰਨ ਲਈ ਤਿਆਰ ਹਾਂ, ਹੇਠਲੇ ਮਿਨਿਸਟਰਾਂ ਤੋਂ ਹੀ ਇਹ ਜਿਹੜੀਆਂ ਗੱਲਾਂ ਕਹਾ ਰਹੇ ਨੇ, ਉਹ ਸਾਨੂੰ ਮਨਜ਼ੂਰ ਨਹੀਂ। ਅਸੀਂ ਸੰਘਰਸ਼ ਨੂੰ ਜਿੰਨਾ ਵੀ ਹੋ ਸਕਿਆ ਵੱਧ ਤੋਂ ਵੱਧ ਲੰਮਾ ਕਰਾਂਗੇ ਅਤੇ ਹਰ ਤਰ੍ਹਾਂ ਦੀ ਲੜਾਈ ਲੜਾਂਗੇ। ਅਤੇ ਇੱਕ ਮੈਂ ਬੇਨਤੀ ਵੀ ਕਰਨਾ ਚਾਹੁੰਦਾ ਆਪਣੇ ਸਾਰੇ ਵੀਰਾਂ ਨੂੰ, ਜਿੰਨੇ ਕਿਸਾਨ ਵੀਰ ਨੇ, ਬਈ ਉਹ ਵੱਧ ਤੋਂ ਵੱਧ
ਹਰੇਕ ਪਿੰਡ ਦੇ ਵਿੱਚੋਂ ਜਿਵੇਂ 13-13 ਹਜ਼ਾਰ ਪਿੰਡ ਆ, ਇੱਕ ਇੱਕ ਟਰਾਲੀ ਇੱਥੇ ਹੋਰ ਆਉਣੀ ਚਾਹੀਦੀ ਆ ਭਰ ਕੇ ਬੰਦਿਆਂ ਦੀ। ਹਰੇਕ ਪਰਿਵਾਰ ਦਾ ਇੱਕ ਇੱਕ ਮੈਂਬਰ ਇੱਥੇ ਆਉਣਾ ਚਾਹੀਦਾ। ਇਸ ਤਰ੍ਹਾਂ ਨਹੀਂ ਆਉਣਾ ਚਾਹੀਦਾ ਵੀ ਮੈਂ ਕਾਰ 'ਚ ਗਿਆ ਅਤੇ ਹਾਜ਼ਰੀ ਲਵਾ ਕੇ ਮੈਂ ਵਾਪਸ ਚੱਲਿਆ, ਵੀ ਸੰਡੇ ਸੀ ਕੱਲ੍ਹ, ਹਜ਼ਾਰਾਂ ਬੰਦਾ ਆਇਆ ਅਤੇ ਵਾਪਸ ਵਾਪਸ ਨਹੀਂ। ਘੱਟੋ ਘੱਟ ਹਰੇਕ ਜਿਹੜਾ ਮੈਂਬਰ ਆਉਂਦਾ ਇੱਕ ਹਫ਼ਤਾ ਉਹ ਇੱਥੇ ਜ਼ਰੂਰ ਰੁਕੇ, ਕਿਉਂਕਿ ਇਹੋ ਜਿਹਾ ਸੰਘਰਸ਼ ਨਾ ਤਾਂ ਦੁਨੀਆ 'ਤੇ ਹੋਇਆ, ਪਹਿਲੀ ਵਾਰ ਐਡਾ ਸੰਘਰਸ਼ ਹੋ ਰਿਹਾ, ਪਹਿਲੀ ਵਾਰ ਐਡਾ ਸੰਘਰਸ਼ ਅਸੀਂ ਲੜ ਰਹੇ ਹਾਂ। ਅਤੇ ਇੱਕ ਬਹੁਤ ਵੱਡੀ ਜਿਹੜੀ ਸਾਡੇ ਕੌਮ ਨੂੰ, ਸਾਡੇ ਨੌਜਵਾਨਾਂ ਨੂੰ ਵੱਡੀ ਸੇਧ ਜਿਹੜੀ ਮਿਲੀ ਹੈ ਸੰਘਰਸ਼ ਦੇ ਵਿੱਚੋਂ। ਸਾਡਾ ਨੌਜਵਾਨ ਨੂੰ ਇਹ ਕਹਿ ਰਹੇ ਸੀਗੇ ਜੀ ਇਹ ਤਾਂ ਉੱਠਦਾ ਪੰਜਾਬ ਹੋ ਗਿਆ, ਇਹ ਤਾਂ ਜੀ ਨਸ਼ਈ ਹੋ ਗਏ ਬੱਚੇ ਇਹਨਾਂ ਦੇ, ਇਹ ਨੌਜਵਾਨ। ਅੱਜ ਦੇਖੋ ਸਾਡੇ ਨੌਜਵਾਨ ਮੁੰਡੇ ਕਿਵੇਂ ਪਹਿਰਾ ਦਿੰਦੇ ਆ, ਸਾਰੀ ਸਾਰੀ ਰਾਤ ਕੱਢ ਕੇ ਕਿਵੇਂ ਸਟੇਜ ਦੇ ਆਲੇ ਦੁਆਲੇ ਰਾਖੀਆਂ ਕਰਦੇ ਨੇ, ਕਿਵੇਂ ਕੋਈ ਕਾਨੂੰਨ ਦੀ ਨੂੰ ਹੱਥ 'ਚ ਨਹੀਂ ਲੈ ਰਹੇ, ਕਿਸੇ ਨੂੰ ਮਾੜਾ ਨਹੀਂ ਕਹਿ ਰਹੇ। ਆਂਢੀਆਂ ਗੁਆਂਢੀ ਜੋ ਲੋਕ ਸਾਡੇ ਨਾਲ ਰਹਿ ਰਹੇ, ਕਿਵੇਂ ਅਸੀਂ ਉਹਨਾਂ ਨੂੰ ਲੰਗਰ ਛਕਾ ਰਹੇ ਹਾਂ, ਕਿਵੇਂ ਮਾਵਾਂ ਧੀਆਂ ਭੈਣਾਂ ਦੀ ਅਸੀਂ ਰਾਖੀ ਇੱਜ਼ਤ ਕਰ ਰਹੇ ਹਾਂ, ਇੱਕ ਵੱਖਰੀ ਮਿਸਾਲ ਆ। ਅਤੇ ਅੱਜ ਸਾਡਾ ਜਿਹੜਾ ਨੌਜਵਾਨ ਵੀ ਜਾਗ ਗਿਆ ਅਤੇ ਅੱਜ ਉਹ ਕਹਿ ਰਿਹਾ ਆਈ ਐਮ ਏ ਫਾਰਮਰ, ਮੈਂ ਕਿਸਾਨ ਹਾਂ। ਅੱਗੇ ਕਹਿਣ ਨੂੰ ਤਿਆਰ ਨਹੀਂ ਸੀ ਹੁੰਦਾ ਵੀ ਮੈਂ ਕਿਸਾਨ ਹਾਂ, ਅੱਜ ਹਰ ਇੱਕ ਬੰਦਾ ਸਾਨੂੰ ਕਹਿ ਰਿਹਾ ਮੈਂ ਕਿਸਾਨ ਹਾਂ। ਹਰ ਇੱਕ ਬੰਦਾ ਝੰਡੇ ਅਤੇ ਬੈਜ, ਸਾਡੇ ਕੋਲ ਇੰਨੀ ਕੁ ਝੰਡਿਆਂ ਦੇ ਬੈਜ ਦੀ ਸ਼ੋਰਟੇਜ ਆ ਵੀ ਰੋਜ਼ ਅਸੀਂ ਹਜ਼ਾਰਾਂ ਝੰਡਾ ਬੈਜ ਵੰਡਦੇ ਹਾਂ ਅਤੇ ਹਜ਼ਾਰਾਂ ਝੰਡਾ ਬੈਜ ਸਕੂਟਰਾਂ ਮੋਟਰਸਾਈਕਲਾਂ ਕਾਰਾਂ ਅਤੇ ਘਰਾਂ 'ਤੇ ਲਗਾਇਆ ਜਾਂਦਾ। ਅਸੀਂ ਬੇਨਤੀ ਕਰਦੇ ਹਾਂ ਸਾਰੀਆਂ ਜਿਵੇਂ ਰਾਜਨੀਤਿਕ ਪਾਰਟੀਆਂ ਨੂੰ ਪਿੱਛੇ ਛੱਡ ਦਿਓ, ਸਾਰੇ ਝੰਡੇ ਕੋਈ ਵੀ ਕਿਸਾਨ ਜਥੇਬੰਦੀਆਂ, ਅਸੀਂ ਨਹੀਂ ਕਹਿੰਦੇ ਸਾਡਾ, ਕੋਈ ਵੀ ਜਥੇਬੰਦੀ ਦਾ ਝੰਡਾ ਤੁਸੀਂ ਆਪਦੇ ਘਰ ਦੇ ਉੱਪਰ, ਹਰੇਕ ਬੰਦਾ ਜਿਹੜਾ ਝੰਡਾ ਆਪਦੇ ਘਰ ਦੇ ਉੱਪਰ ਲਾਵੇ, ਬੈਜ ਹਰ ਇੱਕ ਨੂੰ ਲਾਉਣਾ ਚਾਹੀਦਾ। ਅਤੇ ਮੈਂ ਕਿਸਾਨ ਹਾਂ ਇਹ ਕਹਿਣਾ ਚਾਹੀਦਾ, ਆਪਦੇ ਗੱਡੀਆਂ 'ਤੇ ਸਟਿੱਕਰ ਵੀ ਅਸੀਂ ਦਿੰਦੇ ਹਾਂ, ਸਟਿੱਕਰ ਲਾਉਣੇ ਚਾਹੀਦੇ ਆ ਤਾਂ ਕਿ ਪਤਾ ਲੱਗ ਸਕੇ ਵੀ ਇਹ ਜਿਹੜੇ ਹੈਗੇ ਨੇ ਕਿਸਾਨ ਆ ਗਏ ਨੇ। ਦੂਸਰੀ ਮੈਂ ਬੇਨਤੀ ਕਰੂੰ, ਸਾਡੇ ਕੋਲ ਬਹੁਤ ਟਰੱਕ ਨੇ ਜਿਹੜੇ ਪੰਜਾਬ ਦੇ ਵਿੱਚ ਖੜ੍ਹੇ ਨੇ ਜਿਹੜੇ ਸੀਜ਼ਨਲੀ ਕੰਮ ਕਰਦੇ ਆ, ਮੈਂ ਉਹ ਟਰੱਕ ਯੂਨੀਅਨ ਵਾਲਿਆਂ ਨੂੰ ਵੀ ਬੇਨਤੀ ਕਰਦਾ ਵੀ ਜਿੰਨੇ ਟਰੱਕ ਨੇ ਉਹ ਸਾਰੇ ਵਿਹਲੇ ਖੜ੍ਹੇ ਨੇ, ਉਹਨਾਂ 'ਤੇ ਤਰਪਾਲਾਂ ਪਾ ਕੇ, ਕਿਉਂਕਿ ਠੰਡ ਦਾ ਮੌਸਮ ਹੋ ਗਿਆ, ਉਹ ਸਾਨੂੰ ਜਿਹੜੇ ਨੇ ਉਹਦੇ 'ਤੇ ਤਰਪਾਲਾਂ ਪਾ ਲਓ, ਗੱਦੇ ਸਾਡੇ ਕੋਲ ਵਾਧੂ ਨੇ ਅਤੇ ਸਮਾਨ ਬਹੁਤ ਵਾਧੂ ਆ। ਕਿਸੇ ਵੀਰ ਨੂੰ ਕੋਈ ਲੋੜ ਨਹੀਂ ਜਿੱਥੇ ਸਮਾਨ ਲੈ ਕੇ ਆਉਂਦੇ, ਸਿਰਫ ਤੁਸੀਂ ਕਿਸਾਨ ਆਪ ਆ ਜਾਓ, ਅਸੀਂ ਰਹਿਣ ਲਈ ਵੀ ਜਗ੍ਹਾ ਸਾਡੇ ਕੋਲ ਵਾਧੂ ਹੈਗੀ ਆ, ਅਸੀਂ ਕੰਬਲ ਵੀ ਵਾਧੂ ਦੇਵਾਂਗੇ, ਲੰਗਰ ਵੀ ਵਾਧੂ ਆ, ਅਤੇ ਪਰ ਤੁਸੀਂ ਜ਼ਰੂਰ ਪਹੁੰਚੋ, ਕਿਉਂਕਿ ਸਰਕਾਰ ਨੇ ਇੰਨੀ ਛੇਤੀ ਝੁਕਣਾ ਨਹੀਂ, ਲੰਮੇ ਸੰਘਰਸ਼ ਲੜਨੇ ਪੈਣੇ ਆ, ਲੰਮੇ ਸੰਘਰਸ਼ ਲੜਨ ਲਈ ਤਿਆਰ ਹਾਂ। ਵੈਸੇ ਸਰਕਾਰ ਘਬਰਾਈ ਹੋਈ ਆ, ਕਿਉਂਕਿ ਅਸੀਂ ਜਿਹੜਾ 26-27 ਤਰੀਕ ਨੂੰ ਵੀ ਜਿਹੜਾ ਸਾਰੀਆਂ ਦੇਸ਼ਾਂ ਦੇ ਵਿੱਚ ਅੰਬੈਸੀਆਂ ਦੇ ਸਾਹਮਣੇ ਜਿਹੜੇ ਅਸੀਂ ਧਰਨੇ ਦੇਣ ਦਾ ਪ੍ਰੋਗਰਾਮ ਬਣਾ ਲਿਆ, ਉਹ ਵੀ ਦੇਵਾਂਗੇ। ਅਤੇ ਜਿਹੜੇ ਅਸੀਂ ਅੱਜ ਤੋਂ ਅਸੀਂ ਜਿਹੜੇ ਬਰਥ 'ਤੇ ਵੀ ਬੈਠ ਗਏ, ਸਾਡੇ 11 ਲੀਡਰ ਬੈਠ ਗਏ ਨੇ 24 ਘੰਟੇ ਲਈ, ਉਹ ਅਸੀਂ ਕੰਟੀਨਿਊ ਕਰਨ ਜਾ ਰਹੇ ਹਾਂ। 23 ਤਰੀਕ ਨੂੰ ਵੀ ਜਿਹੜੀ ਅਸੀਂ ਹੈਗੀ ਆ ਇੱਕ ਸਮੇਂ ਦਾ ਜਿਹੜਾ ਭੋਜਨ ਦੁਪਹਿਰ ਦਾ, ਉਹ ਵੀ ਅਸੀਂ ਤਿਆਗ ਰਹੇ ਹਾਂ। ਤੇ 27 ਨੂੰ ਜਿਹੜੀ ਹੈਗੀ ਆ ਮੋਦੀ ਦੀ ਮਨ ਕੀ ਬਾਤ, ਉਹਦਾ ਵੀ ਅਸੀਂ ਵਿਰੋਧ ਕਰ ਰਹੇ ਹਾਂ ਥਾਲੀਆਂ ਵਜਾ ਕੇ। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।